ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੇ ਨਿੱਜਰਾਂ ਦਾ ਜੱਟ ਹੈਗਾ। ਚੌਧਰੀ ਜਿਹੜਾ ਹੈਗਾ ਜੱਟਾਂ ਦਾ ਤਖੱਲਸ ਹੈਗਾ, ਜਿੱਦਾਂ ਗੁੱਜਰਾਂ ਦਾ ਵੀ ਚੌਧਰੀ ਹੈਗੇ ਨੇ, ਖੱਤਰੀ ਜਿਹੜੇ ਹੈਗੇ ਉਹ ਲਾਲੇ ਹੈਗੇ ਨੇ, ਜਿੱਦਾਂ ਲਾਲਾ ਮਨਮੋਹਨ ਸਿੰਘ ਹੈਗਾ ਕੋਹਲੀ ਖੱਤਰੀ, ਅਤੇ ਪੱਗ ਪੱਗ ਜਾਂ ਦਾੜੀ ਨਾਲ ਰੱਖ ਕੇ ਸਰਦਾਰ ਨਹੀਂ ਬਣਦਾ। ਸਰਦਾਰ ਉਹ ਹੁੰਦਾ ਜਿਹੜਾ ਪਿੰਡਾਂ ਦਾ ਸਰਦਾਰ ਹੋਵੇ, ਉਹਦੇ ਥੱਲੇ ਲੋਕੀ ਕੰਮ ਕਰਦੇ ਹੋਣ, ਜਾਂ ਹੁੰਦਾ ਸਰਦਾਰ ਖਾਲਸਾ ਜਿਹੜਾ ਕਿਸੇ ਦੇ ਅਧੀਨ ਨਹੀਂ ਹੁੰਦਾ, ਖਾਲਸਾ ਨਿਆਰਾ ਹੁੰਦਾ ਹੈਗਾ, ਕਿਸੇ ਅਧੀਨ ਨਹੀਂ ਹੁੰਦਾ, ਉਹਨੂੰ ਸਰਦਾਰ ਕਹੀਦਾ ਹੈਗਾ। ਅਤੇ ਆ ਜਿਹੜੇ ਪਗੜੀ ਪੁਗੜੀ ਬਣ ਕੇ ਸਰਦਾਰ ਕਲਾਉਂਦੇ ਨੇ, ਇਹ ਹੈਗੇ ਨਕਲੀ ਸਰਦਾਰ ਮਲੇਸ਼ ਖਾਲਸੇ, ਅਤੇ ਇਹਨਾਂ ਦੀ ਮੁਰੰਮਤ ਕੀਤੀ ਸੀ 1984 'ਚ, ਅਤੇ 1947 'ਚ ਵੀ ਮਰੇ ਸੀ ਇਹ। ਸਿੱਖ ਸਿੱਖ ਕਹਿੰਦੇ ਸੀ, ਸਿੱਖਾਂ ਦਾ ਰਾਜ ਸਿੱਖ ਹੈਗੇ ਆ। ਅਤੇ ਮੇਰੇ ਫਾਦਰ ਇਲਮ ਸੀਗਾ, ਉਹਨਾਂ ਨੇ 2000 ਆਇਆ ਸੀ ਆਦਮੀ ਹਮਲਾ ਕਰਨ ਰਾਈਆਂ ਦਾ, ਜਦੋਂ ਉਹਨਾਂ ਨੂੰ ਸਮਝਾਇਆ ਆਇਆ ਕਿ ਅਸੀਂ ਜੱਟਾਂ ਨੇ ਮਰਨਾ, ਤੁਸੀਂ ਰਾਈਆਂ ਨੇ, ਸਿੱਖ ਅਤੇ ਮੁਸਲਮਾਨ ਜਿਹੜੀ ਰੂਹ ਹੈਗੀ, ਸਿੱਖ ਮਿਲਤ ਹੈਗੀ, ਸਿੱਖ ਪੰਥ ਹੈਗਾ, ਸੋਰੀ ਮੁਸਲਿਮ ਮਿਲਤ ਹੈਗੀ, ਸਿੱਖ ਪੰਥ ਹੈ, ਮਿਲਤ ਅਤੇ ਸਿੱਖ ਕਮਿਊਨਿਟੀਜ਼ ਹੈਗੀਆਂ ਨੇ, ਉਹ ਇਹ ਕੌਮਾਂ ਨਹੀਂ ਹੈਗੀਆਂ। ਗੁਰਦੁਆਰਿਆਂ 'ਚ ਕੌਮਾਂ ਬਣਾਉਂਦੇ ਕਿ ਨਹੀਂ? ਇਹ ਤੁਹਾਨੂੰ ਹਰਾਮੀ ਬਣਾਉਂਦੇ ਨੇ। ਜੇ ਮੈਂ ਆਪਣੀ ਜੱਟ ਕੌਮ ਛੱਡ ਕੇ ਤਾਂ ਸਿੱਖ ਕੌਮ ਅਪਣਾ ਲਵਾਂ, ਅਤੇ ਫਿਰ ਮੈਂ ਆਪਣੇ ਪਿਓ ਨੂੰ ਜਵਾਬ ਦੇ ਕੇ ਹਰਾਮੀ ਬਣਦਾ ਨਾ ਖੁਦ। ਇਹਨੂੰ ਕਹਿੰਦੇ ਨੇ ਸ਼ੰਕਰ ਵਰੀਆ, ਸ਼ੰਕਰ ਵਰਨੀਆ। ਅਤੇ ਹੁਣ ਮੈਂ ਸਲੋਕ ਇਹਦੇ 'ਤੇ ਕਰਨ ਲੱਗਾ। ਸਲੋਕ ਮਹਲਾ ਪੰਜਵਾਂ। ਚਿੱਤੇ ਜੇ ਚਿੱਤ ਵੀ ਏ ਸੋ ਮੈਂ ਪਾਇਆ, ਜਿਹੜਾ ਵੀ ਮੇਰੇ ਚਿੱਤ 'ਚ ਸੀਗਾ ਨਾ, ਮੈਂ ਕੋਈ ਚਿੱਤ ਹੈਗਾ ਉਹ ਮੇਰੇ ਮਨ ਨੇ ਢੂੰਡ ਲਿਆ, ਭਾਵੇ ਕਿ ਖਜ਼ਾਨਾ ਤੁਹਾਡੇ ਅੰਦਰ ਹੀ ਹੈਗਾ। ਜਿੱਦਾਂ ਹੈਗਾ ਨਾ ਹਿਰਨ ਹੈਗਾ, ਉਹ ਹੁਣ ਖੁਸ਼ਬੂ ਆਉਂਦੀ ਗੀ, ਉਹ ਢੂੰਡਦਾ ਫਿਰਦਾ ਬੰਨ, ਪਰ ਖੁਸ਼ਬੂ ਤਾਂ ਉਹਦੇ ਅੰਦਰ ਹੀ ਆਉਂਦੀ, ਉਹਦੇ ਕੋਲ ਹੀ ਜੁੜੀ ਹੋਈ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ, ਜਿਹੜਾ ਹੁੰਦਾ ਜਿਹਨੂੰ ਇਹ ਨਹੀਂ ਪਤਾ ਹੁੰਦਾ ਵੀ ਪ੍ਰਭੂ ਦਾ ਇਹ ਜਿਹੜਾ ਇਹ ਹਰਿਮੰਦਰ ਹੈਗਾ, ਇਹ ਹਰ ਦੇ ਵਿੱਚ ਪ੍ਰਭੂ ਵੱਸਦਾ ਹੈਗਾ, ਅਤੇ ਉਹਨੇ ਹੀ ਸਾਰਾ ਕੁਛ ਦੇਣਾ ਹੈਗਾ। ਅਤੇ ਉਹਨੂੰ ਫਿਰ ਉਹ ਕਹਿੰਦਾ ਪ੍ਰਭੂ ਦੂਰ ਹੈਗਾ, ਪ੍ਰਾਰਥਨਾ ਕਰੋ ਜੀ, ਆਹ ਕਰੋ ਜੀ। ਪ੍ਰਾਰਥਨਾ ਕਿਹਨੂੰ ਕਰਨੀ? ਅੰਦਰ ਹੈਗਾ ਉਹ ਤਾਂ ਤੁਹਾਡੇ ਪੂਜਦੇ, ਉਹਨੂੰ ਕੋਈ ਪੂਜਦਾ ਤਾਂ ਹੈ ਨੀਗਾ। ਚੋਰੀਆਂ ਠੱਗੀਆਂ ਕਰਦੇ ਨੇ ਅਤੇ ਫਿਰ ਪ੍ਰਭੂ ਦਾ ਨੋਟ 'ਤੇ ਆਉਂਦੇ ਨੇ, ਉੱਥੇ ਵੀ ਰਿਸ਼ਵਤ ਦੇ ਆਉਂਦੇ ਨੇ ਗੁਰਦੁਆਰਿਆਂ 'ਚ ਵੀ, ਵੀ ਇੰਨੇ ਦਾ ਮਾਲ ਬਣਿਆ ਅੱਜ, ਇੰਨਾ ਤੈਨੂੰ ਦੇ ਦਿੱਤਾ ਬਾਬਾ, ਮਾਫ ਕਰੀ ਹੁਣ। ਅਤੇ ਉਹ ਜਿਹੜਾ ਖੂਨ ਦਾ ਹੈਗਾ ਪੈਸਾ, ਉਹ ਲੱਗਦਾ ਨਹੀਂ ਹੈਗਾ, ਉਹ ਵੀ ਜਿਹੜੇ ਬਾਬੇ ਉੱਥੇ ਬੈਠੇ ਨੇ ਉਹ ਵੀ ਤੁਹਾਡੇ ਚੜ੍ਹੇ ਹੋਏ ਨੇ, ਪੁੱਤ ਜੋ ਹੈਗੇ ਨਾ, ਕੀ ਕਹਿੰਦੇ ਨੇ ਵੀ ਜਿਹੜੇ ਹੈਗੇ ਉਸਤਾਦ ਹੈਗੇ ਇਹਨਾਂ ਦੇ, ਉਹ ਇਹਨਾਂ ਨਾਲ ਵੀ ਟੱਪਣੇ ਹੈਗੇ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਨ ਛੜੱਪ। ਅਤੇ ਜਿਹੜੇ ਉਹ ਠੱਗੀ ਠੁੱਗੀ ਕਰਾਉਂਦੇ, ਜਿਹੜੇ ਜਾਂ ਬਾਬੇ ਬਣਾਏ ਨੇ ਇਹਨਾਂ ਨੇ ਜਿਹੜੇ ਡੇਰੇ ਡੂਰੇ, ਇਹ ਹੈਗੇ ਗੁਰੂ, ਉਹ ਟੱਪਣੇ ਹੈਗੇ ਨੇ। ਅੱਜ ਇੱਥੇ ਟੱਪ ਬਣਾ ਲਿਆ ਡੇਰਾ, ਕੱਲ੍ਹ ਉੱਥੇ ਬਣਾ ਲਿਆ।
ਤੇ ਇਹਨਾਂ ਦੇ ਚੇਲੇ ਜਿਹੜੇ ਉਹ ਇਹਨੇ ਛੜੱਪ ਜਾਂਦੇ ਉਹਨਾਂ ਨਾਲ ਵੀ ਉੱਪਰ ਚੜ੍ਹ ਕੇ। ਅਕਾਲ ਪੁਰਖ ਦਾ ਜਿਹੜਾ ਹੈਗਾ ਡੇਰਾ ਅੰਦਰ ਹੈਗਾ, ਬਾਹਰ ਨਹੀਂ ਹੈਗਾ। ਚਿੱਤ ਜੋ ਚਿੱਤ ਵੀ ਹੈ, ਜਿਹੜਾ ਵੀ ਚਿੱਤ 'ਚ ਤੁਹਾਨੂੰ ਆਉਂਦਾ ਹੈਗਾ, ਤੁਸੀਂ ਆਪਣੇ ਮਨ ਨੂੰ ਪੁੱਛੋ। ਮਨ ਜਿਹੜਾ ਹੈਗਾ ਤੁਹਾਨੂੰ ਉਹ ਫਿਰ ਬੁੱਧੀ ਉਹ ਪੁੱਛਦਾ ਅੰਦਰ ਅਕਾਲ ਪੁਰਖ ਨੂੰ, ਬਾਲਕ ਬਣ ਕੇ, ਬੱਚਾ ਬਣ ਕੇ। ਬੱਚਾ ਜਿਹੜਾ ਹੁੰਦਾ ਉਹ ਚਤਰ ਚਲਾਕ ਨਹੀਂ ਹੁੰਦਾ, ਬੱਚਾ ਬਣ ਕੇ ਪੁੱਛਦਾ ਹੈਗਾ ਤਾਂ ਉਹ ਫਿਰ ਸਾਰੀਆਂ ਚੀਜ਼ਾਂ ਨੂੰ ਦੱਸਦਾ ਹੈਗਾ। ਅਤੇ ਖਜ਼ਾਨੇ ਅੰਦਰ ਹੀ ਹੈਗੇ, ਨਿਦਾਨ ਹੈਗਾ ਖਜ਼ਾਨਾ ਅੰਦਰ। ਜਦੋਂ ਤੁਸੀਂ ਸੋਚੋਗੇ ਤੁਸੀਂ ਉਹਦਾ ਉਹ ਜਿਹੜਾ ਹੱਲ ਸਵਾਲ ਹੈਗਾ ਕੋਈ ਹੱਲ ਉਹਦਾ ਮਿਲ ਜਾਏਗਾ ਤੁਹਾਨੂੰ। ਕਿਉਂ ਤੁਹਾਨੂੰ ਢੰਗ ਨਾਲ ਸੋਚੋਗੇ ਨਾ, ਢੰਗ ਨਾਲ ਤਾਂ ਫਿਰ ਸਵਾਲ ਨਿਕਲ ਆਉਂਦਾ ਹੈਗਾ। ਨਾਨਕ ਨਾਮ ਧਿਆਏ ਸੁਖ ਸਭਾਇਆ, ਕਹਿੰਦੇ ਵੀ ਸਤਿਗੁਰ ਨਾਨਕ ਜੀ ਕਹਿੰਦੇ ਉਹਦਾ ਨਾਮ ਧਿਆਓ ਅਤੇ ਸਾਰੇ ਸੁੱਖ ਤੁਹਾਨੂੰ ਚੰਗੇ ਲੱਗਣਗੇ। ਚੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਹੁਣ ਜਿਹੜੇ ਹੈਗਾ ਜਦੋਂ ਆਦਮੀ ਚਿੱਤ ਬਿਰਤੀ 'ਚ ਹੁੰਦਾ ਨਾ, ਉਦੋਂ ਸਹਿਣ ਸਿਆਪਾ ਲੱਖੋਂ ਤਾਂ ਇੱਕ ਨਾ ਚੱਲੇ ਨਾਲ, ਉਦੋਂ ਮਨ ਜਿਹੜਾ ਹੈਗਾ ਉਹ ਛੁੱਟ ਜਾਂਦਾ ਹੈਗਾ। ਮਨ ਜਿਹੜਾ ਹੈਗਾ ਇਹ ਕਰਦਾ ਹੈਗਾ ਨੌਲੇਜ ਇਕੱਠਾ, ਫਾਈਵ ਸੈਂਸਰੀ ਆਰਗਨ ਜਿਹੜੇ ਇਹ ਮਨ ਦੇ ਹੈਗੇ ਨਾ, ਇਹ ਨੌਲੇਜ ਇਕੱਠਾ ਕਰਦਾ ਹੈਗਾ। ਪਰ ਜਦੋਂ ਤੁਸੀਂ ਚਿੱਤ ਬਿਰਤੀ 'ਚ ਇੱਕਮਿਕ ਹੋ ਜਾਂਦੇ ਹੋ ਅਕਾਲ ਪੁਰਖ ਨਾਲ, ਇਹ ਫਿਰ ਮਨ ਛੁੱਟ ਜਾਂਦਾ ਹੈਗਾ, ਇਹਦੀ ਜ਼ਰੂਰਤ ਨਹੀਂ ਰਹਿੰਦੀ। ਤੁਸੀਂ ਉਹਦੇ ਸਪੋਕਸਮੈਨ ਬਣ ਜਾਂਦੇ ਹੋ ਅਕਾਲ ਪੁਰਖ ਦੇ। ਅਤੇ ਜਿਹੜਾ ਸਹਿਣ ਸਿਆਪਣ ਲੱਖੋਂ ਤਾਂ ਇੱਕ ਨਚੱਲੇ ਨਾਲ, ਇਹ ਚਿੱਤ ਬਿਰਤੀ ਦਾ ਸਲੋਕ ਹੈਗਾ। ਅਬ ਮਨ ਛੁੱਟੇ ਗਿਆ ਸਾਧੂ ਸੰਗ ਮਿਲੇ। ਸਾਧੂ ਉਹ ਹੁੰਦਾ ਹੈ ਜਿਹੜਾ ਪੈਸੇ ਨੂੰ ਨਾ ਹੱਥ ਲਾਏ। ਇਹ ਨਹੀਂ ਆ ਜਿਹੜੇ ਸਾਧੂ ਬਣੇ ਹੋਏ ਨੇ ਕੱਪੜੇ ਪਾ ਕੇ ਤਾਂ ਚਿੱਟੇ ਚਿੱਟੇ ਦੇ ਫਲਾਨੇ, ਇਹ ਸਾਧੂ ਨਹੀਂ ਹੈਗੇ, ਇੱਕ ਸੰਤ ਹੈਗੇ ਨੇ। ਇਹਨਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਹੈਗਾ। ਅਤੇ ਅੰਨਿਆਂ ਦੇ 'ਚ ਕਾਨਾ ਰਾਜਾ ਇਹ ਹੈਗੇ ਨੇ, ਅਤੇ ਜਿਹੜੇ ਉਹਦੇ ਮਗਰ ਕਰਦੇ ਨੇ, ਪੁਸ਼ ਪੁਸ਼ ਕਰਦੇ ਨੇ, ਉਹ ਅੰਨੇ ਹੈਗੇ ਨੇ। ਇੱਥੇ ਇੱਕ ਰੈਡਿੰਗ ਸੀਗਾ ਆਦਮੀ, ਉਹ ਹੋਟਲ ਹਾਟਲ ਚਲਾਉਂਦਾ ਸੀ ਤਾਂ ਕਾਫੀ ਰੈਸਟੋਰੈਂਟ 'ਚ ਪੈਸਾ ਪੂਸਾ ਬਣ ਜਾਂਦਾ ਸੀਗਾ। ਉਹਨੇ ਕਿਤੇ ਇੰਡੀਆ 'ਚ ਬਾਬਾ ਜੋ ਧਿਆ ਲਿਆ, ਉਹ ਬਾਬਾ ਜੀ ਨੂੰ ਲੈ ਕੇ ਆਵੇ ਇੱਥੇ ਇੰਗਲੈਂਡ 'ਚ ਫਸਟ ਕਲਾਸ ਦੀ ਟਿਕਟ, ਅਤੇ ਆਪ ਆਵੇ ਇਕੋਨਮੀ ਟਿਕਟ ਲੈਂਦਾ ਸੀ। ਮੈਂ ਵੀ ਟਿਕਟ ਦਾ ਕੰਮ ਕਰਦਾ ਨਾ, ਟਿਕਟ ਲੈਣ ਲੱਗੇ ਕਹਿੰਦਾ ਸਸਤੀ ਤੋਂ ਸਸਤੀ ਦਿਓ ਜੀ, ਪੰਜ ਪੰਜ ਪਾਉਂਡ ਪਿੱਛੇ ਉੱਥੇ ਦੌੜ ਜਾਣਾ ਸਾਊਥ ਹਾਲ। ਅਤੇ ਕਨੇਡਾ ਲੈ ਗਿਆ ਉਹਨੂੰ, ਉਹਨੂੰ ਬਿਠਾਇਆ ਫਸਟ ਕਲਾਸ 'ਚ, ਆਪ ਬੈਠਾ ਉੱਥੇ ਇਕੋਨਮੀ 'ਚ। ਅਤੇ ਇਹ ਤਾਂ ਹੈਗੇ ਬਾਬੇ, ਬਾਬਿਆਂ ਨੂੰ ਤਾਂ ਇੱਦਾਂ ਦੇ ਹੀ ਚਾਹੀਦੇ ਚੇਲੇ। ਅੰਨੇ ਅੰਨਿਆਂ 'ਚ ਕਾਣਾ ਰਾਜਾ, ਹਿੰਦੂ ਅੰਨਾ ਤੁਰਕੂ ਕਾਣਾ ਹੈਗਾ ਨਾ, ਇਹ ਜਿਹੜਾ ਇਹ ਵੀ ਜਿਹੜੇ ਹਿੰਦੂ ਵਿੱਚ ਹੁੰਦਾ ਵੀ ਜੋ ਬਾਹਮਣ ਕਹਿੰਦਾ ਨਾ ਉਹੀ ਕਰਦੇ ਨੇ, ਆਪ ਨਹੀਂ ਸੋਚਦੇ, ਜੋ ਉਹਦਾ ਹੁਕਮ ਹੈ ਇੱਦਾਂ ਹੀ। ਜਿਹੜਾ ਰੱਬ ਆਈ ਹੈਗੇ ਇਹਨਾਂ ਯਹੂਦੀਆਂ ਦੇ, ਇਹ ਵੀ ਇੱਦਾਂ ਹੀ ਹੈਗੇ ਨੇ, ਉਹਨਾਂ ਜਿੱਦਾਂ ਵੀ ਕਹਿੰਦੇ ਨੇ ਆਪਣੇ ਚੇਲਿਆਂ ਨੂੰ ਉੱਦਾਂ ਹੀ ਉਹ ਕਰਦੇ ਨੇ। ਅਤੇ ਇੱਦਾਂ ਹੀ ਜਿਹੜੇ ਹੈਗੇ ਨੇ ਇਹ ਕਰਦੇ ਨੇ, ਸੰਤ ਵਗੈਰਾ ਬਣਾਏ ਨੇ ਇਹਨਾਂ ਦੇ ਜਿਹੜੇ ਚੇਲੇ ਹੈਗੇ, ਉਹ ਜਿੰਦਾ ਹੁਕਮ ਦਿੰਦੇ
ਉਦਾਂ ਹੀ ਅਤੇ ਉਹ ਕਸੰਤ ਹੈਗੇ ਨੇ ਇਹ ਸਾਰੇ ਠੱਗੂ। ਸਾਧੂ ਉਹ ਹੁੰਦਾ ਜਿਹੜਾ ਪੈਸੇ ਨੂੰ ਨੱਥ ਲਾਵੇ, ਉਹਦਾ ਏਕ ਨਾਲ ਪ੍ਰੀਤ ਹੋਵੇ, ਦੋ ਨਾਲ ਨਹੀਂ। ਉਹਦੇ ਬੋਝੇ 'ਚ ਵੀ ਨਹੀਂ ਪੈਸਾ ਹੋਣਾ ਚਾਹੀਦਾ। ਇਸੇ ਕਰਕੇ ਕਹਿੰਦੇ ਨਿਰਮਲੇ ਸੰਤ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਜਿਹੜੇ ਪੈਸੇ ਨੂੰ ਹੱਥ ਨਹੀਂ ਲਾਉਂਦੇ। ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ। ਗੁਰਮੁਖ ਹੁੰਦਾ ਜਿਹੜਾ, ਗੁਰ ਹੈਗਾ ਢੰਗ, ਮੁੱਖ ਹੈਗਾ ਮੂੰਹ, ਜਿਹੜਾ ਢੰਗ ਨਾਲ ਬੋਲਦਾ ਹੈਗਾ, ਸਹਿਜ ਨਾਲ, ਜੋ ਉਹਦੇ ਕੋਲ ਸਹਿਜ ਅਵਸਥਾ 'ਚ ਹੁੰਦਾ ਹੈਗਾ। ਇਹ ਹੁੰਦਾ ਬੁੱਧੀ, ਬੁੱਧੀ 'ਚ ਜਿਹੜਾ ਹੋਵੇ, ਹੋਮੇ ਮਨ ਬੁੱਧੀ ਚਿੱਤ ਬਿਰਤੀਆਂ ਨਾ, ਜਿਹੜਾ ਗੁਰਮੁਖ ਹੁੰਦਾ ਉਹਦੇ ਭੁੱਖਿਆਂ ਭੁੱਖ ਨਾ ਉਤਰੀ, ਜਪੰਨਾ ਪੂਰੀਆਂ ਪਾਰ, ਉਹਦੇ ਲਈ ਹੈਗੀ ਤੋਕੇ। ਉਹ ਨਾਮ ਮਿਲ ਲਿਆ, ਗੁਰਮੁਖ ਨੇ ਜਦੋਂ ਨਾਮ ਜਪਿਆ ਨਾ, ਨਾਮ ਇਹ ਨਹੀਂ ਕਿ ਉੱਥੇ ਕਿ ਤੁਸੀਂ ਬੁੜ ਬੁੜ ਕਰਦੇ ਰਹੋ ਅਤੇ ਹੁਣ ਜੀ ਇੰਨੇ ਪਾਠ ਮੈਂ ਪੜ੍ਹ ਲਏ ਨੇ, ਇੰਨੇ ਪਾਠ ਪੜ੍ਹ ਲਏ ਨੇ, ਇਹ ਨਾਮ ਨਹੀਂ ਹੈਗਾ। ਇਹ ਕੁਨਾਮ ਹੈਗਾ, ਸਮਝ ਕੇ ਤੁਸੀਂ ਨਰਕਾਂ ਨੂੰ ਜਾਂਦੇ। ਨਾਮ ਉਹ ਹੁੰਦਾ ਜਦੋਂ ਉਹਦੀ ਬਾਣੀ ਨੂੰ ਅੱਖਾਂ ਕੰਨਾਂ ਨਾਲ ਸੁਣੋ, ਕੰਨ ਹੈਗੇ ਮੂੰਹ ਬਾਣੀ ਲਈ, ਇਹਦੇ ਨਾਲ ਸੁਣੋ, ਇਹਨੂੰ ਹਿਰਦੇ 'ਤੇ ਲੈ ਕੇ ਜਾਓ, ਉੱਥੇ ਉਹਦਾ ਨਿਚੋੜ ਕੱਢੋ। ਗੁਰਮੁਖ ਬਣ ਕੇ ਗੁਰਮੁਖ ਨਿਚੋੜ ਕੱਢਦੇ ਨੇ, ਫਿਰ ਮੂੰਹ 'ਚੋਂ ਆਪਣੇ ਬੋਲਦੇ ਨੇ ਉਸ ਗੁਰ ਦੇ ਨਾਲ ਜਿਸ ਨਾਲ ਨਿਚੋੜ ਕੱਢਿਆ ਹੈਗਾ, ਅਤੇ ਉਹ ਹੁੰਦਾ ਗੁਰਮੁਖ। ਅਤੇ ਉਹ ਨਾਮ ਜਦੋਂ ਲੈਂਦਾ ਹੈਗਾ, ਨਾਮ ਲੈਂਦਾ ਜਦੋਂ ਪ੍ਰਚਾਰ ਕਰਦਾ ਹੈਗਾ, ਇਹ ਨਹੀਂ ਕਿ ਤੁਸੀਂ ਉਹ ਪੌੜੀਆਂ ਪੌੜੀ ਪੜ੍ਹ ਲਈ ਜੀ, ਅੱਜ ਪੰਜ ਪੌੜੀਆਂ ਪੜ੍ਹਨੀਆਂ ਜਾਂ ਕਰ ਲਈ, ਇਹ ਨਹੀਂ ਹੈਗਾ। ਇਹ ਤਾਂ ਤੁਹਾਨੂੰ ਉਲਟੇ ਪਾਸੇ ਲੈ ਕੇ ਜਾਂਦਾ ਹੈਗਾ, ਇਹ ਕੋਈ ਕਾਊਂਟ ਨਹੀਂ ਕਰਦਾ ਕਿਤੇ ਵੀ। ਤੋਤੇ ਵਾਂਗਰ ਤੁਸੀਂ ਉਹਦੇ ਰਿਕਾਰਡ ਲਾ ਲਿਆ ਕਰੋ, ਆਪ ਕਿਉਂ ਪੜ੍ਹਨਾ। ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ, ਉਹ ਫਿਰ ਅਕਾਲ ਪੁਰਖ ਨਾਲ ਰਲ ਜਾਂਦਾ ਹੈਗਾ, ਇੱਕ ਮਿਕ ਹੋ ਜਾਂਦਾ। ਜਿਵੇਂ ਸਤਿਗੁਰੂ ਅਰਜਨ ਦੇਵ ਜੀ ਇੱਕ ਮਿਕ ਸੀ, ਸਤਿਗੁਰੂ ਰਾਮਦਾਸ ਜੀ ਨੇ ਕਿਹਾ ਨੀ ਭਾਈ ਪਾਈਏ ਪ੍ਰਭ ਅਵਿਨਾਸ਼ੀ, ਚੌਥੀ ਲਾਮ ਜਿਹੜੀ ਨਾ ਉਹਦੀ ਜਗ੍ਹਾ ਜਿਹੜਾ ਹੁੰਦਾ ਪ੍ਰਾਵੀਏ ਪ੍ਰਭ ਅਵਿਨਾਸ਼ੀ, ਇਹ ਸਤਿਗੁਰੂ ਅਰਜਨ ਦੇਵ ਜੀ ਨੇ ਪਾਇਆ, ਗੁਰਮੁਖ ਸਿੱਖ ਨੇ। ਹਰ ਨਾਮ ਸਿਮਰਤ, ਉਹਦਾ ਨਾਮ ਸਿਮਰਤ ਕਰਨਾ, ਮਿਟੇ ਕਿਲਬਿਖ ਪੂਜੀ ਤਪਤ ਅਗਾਨੀ ਅਗਾਨਿਆ। ਉਹਦਾ ਨਾਮ ਸਿਮਰੋ ਅਤੇ ਜਿਹੜੀ ਹੈਗੀ ਨਾ ਭੁੱਖ ਹੈਗੀ ਤੁਹਾਡੀ ਮਾਇਆ ਦੀ, ਇਹ ਬੁੱਝ ਜਾਂਦੀ ਹੈਗੀ, ਯਾਨੀ ਕਿ ਤੁਸੀਂ ਕੰਟੈਂਟਿਡ ਹੋ ਜਾਂਦੇ ਹੈਗੇ। ਅਤੇ ਤਪਤ ਅਗਾਇਆ, ਫਿਰ ਉਹ ਤੁਸੀਂ ਨਾਮ ਦੇ ਨਾਲ ਤੁਸੀਂ ਰਿਚ ਮਿਚ ਹੋ ਜਾਂਦੇ, ਉਹਦਾ ਤੁਹਾਨੂੰ ਉਹਦੀ ਤੁਹਾਨੂੰ ਭੁੱਖ ਜਿਹੜੀ ਨਾਮ ਦੇ ਨਾਲ ਤੁਸੀਂ ਰਹਿੰਦੇ, ਤੁਹਾਡੀ ਗੁਰਮੁਖ ਦੀ ਜਿਹੜੀ ਖੁਰਾਕ ਹੈਗੀ ਇਹ ਨਾਮ ਹੈਗਾ, ਮਨਮੁੱਖ ਦੀ ਖੁਰਾਕ ਹੈਗੀ ਮਾਇਆ, ਉਹਨੂੰ ਮਾਇਆ ਚਾਹੀਦੀ ਮਨਮੁੱਖ ਨੂੰ। ਜੇ ਮਾਇਆ ਹੈ ਨਹੀਂ ਗੀ ਉਹ ਬੜਾ ਔਖਾ ਹੁੰਦਾ। ਗੁਰਮੁਖ ਹੈਗਾ ਉਹਨੂੰ ਨਾਮ ਦੀ ਭੁੱਖ ਹੈਗੀ, ਉਹਨੂੰ ਮਾਇਆ ਦੀ ਨਹੀਂ ਹੈਗੀ, ਉਹ ਮਾਇਆ ਨੂੰ ਛੱਡ ਗਿਆ। ਗੈਬ ਗੈਬ ਬੁਝੋ ਦੀਨੇ ਦਇਆ, ਭੱਜ ਵੀ ਜਾ ਕੇ ਦੌੜ ਕੇ ਨਾ ਤੁਸੀਂ ਅਕਾਲ ਪੁਰਖ ਦੇ ਉਹਦੀ ਭਗਤੀ ਕਰੋ, ਉਹਦੀ ਪੂਜਾ ਕਰੋ,
ਲੈਣੇ ਲੀਨੇ ਦਇਆ ਕੀਨੇ ਆਪਣੇ ਘਰ ਮਾਣਿਆ। ਉਹਦੇ ਚਰਨਾਂ ਨੂੰ ਫੜੋ ਅਤੇ ਉਹਦੀ ਉਹਨੇ ਤੁਹਾਨੂੰ ਆਪਣਾ ਕਰਕੇ ਮੰਨ ਲਿਆ। ਦਇਆ ਕੀਨੇ ਆਪਣੇ ਘਰ ਮਾਣਿਆ, ਉਹਨੇ ਆਪਣੇ ਤੁਹਾਨੂੰ ਗਲੇ ਲਗਾ ਲਿਆ, ਯਾਨੀ ਆਪਣਾ ਬਣਾ ਲਿਆ। ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ। ਲੈ ਅੰਕ, ਇਹ ਹੈਗਾ ਅੰਕ, ਹੈਗਾ ਅੰਕ ਵਿੱਚ, ਗੋਦ ਵਿੱਚ। ਇਹ ਆਪਣੀ ਜਿੱਦਾਂ ਨਿਆਣਾ ਆਪਣਾ ਗੋਦ ਵਿੱਚ ਬਿਠਾਈ ਦਾ ਨਾ ਆਪਾਂ, ਅਤੇ ਉਹ ਤੁਹਾਡੇ ਨਾਲ ਇੱਕ ਮਿਕ ਹੋ ਜਾਂਦਾ ਹੈਗਾ। ਇੱਦਾਂ ਹੀ ਉਹ ਅਕਾਲ ਪ੍ਰਭੂ ਜਿਹੜਾ ਤੁਹਾਨੂੰ ਆਪਣੀ ਗੋਦ ਵਿੱਚ ਬਿਠਾ ਲੈਂਦਾ ਹੈਗਾ, ਕਿਉਂ ਤੁਹਾਡੀ ਜਿਹੜੀ ਹੈਗੀ ਸੁਰਤੀ ਹੈਗੀ ਉਹ ਨਿਆਣੇ ਦੇ ਬਰਾਬਰ ਹੈਗੀ, ਯਾਨੀ ਕਿ ਤੁਸੀਂ ਕਿਸੇ ਦੀ ਪੱਖ ਨਹੀਂ ਕਰਦੇ। ਜਿਹੜਾ ਮਨਮੁੱਖ ਹੈਗਾ ਉਹ ਪੱਖ ਕਰ ਜਾਂਦਾ ਅਤੇ ਵਿੱਚੋਂ ਖਾ ਜਾਂਦਾ ਪੈਸੇ। ਗੁਰਮੁਖ ਹੈਗਾ ਉਹ ਪੱਖ ਨਹੀਂ ਕਰਦਾ, ਉਹ ਸਿੱਧਾ ਕੇ ਦੱਸ ਦਿੰਦਾ ਵੀ ਆਹ ਠੀਕ ਹੈਗਾ ਆਹ ਗਲਤ ਹੈਗਾ। ਜਿੱਦਾਂ ਪੰਚਾਇਤ ਹੁੰਦੀ ਨਾ, ਪੰਚਾਇਤ ਦੇ ਵਿੱਚ ਲੋਕ ਆਪਣੀ ਧਾੜੀ ਦੀ ਕਰ ਜਾਂਦੇ ਨੇ ਵੀ ਆਹ ਮੇਰੇ ਲੋਕ ਹੈਗੇ ਨੇ, ਆਹ ਮੇਰੀ ਮੇਰੇ ਗੋਤ ਦੇ ਹੈਗੇ ਨੇ, ਇਹਨਾਂ ਦੀ ਮੈਂ ਕਰਦੀ ਹਾਂ। ਉਹ ਫਿਰ ਜਿਹੜਾ ਨਾ ਅਕਾਲ ਪੁਰਖ ਦੀ ਜਿਹੜੀ ਹੈਗੀ ਨਾ, ਉੱਥੋਂ ਛੱਡ ਕੇ ਫਿਰ ਸ਼ੈਤਾਨ ਦਾ ਪੁੱਤਰ ਬਣ ਜਾਂਦਾ ਹੈਗਾ। ਜਿਹੜਾ ਰਾਈਟੀਅਸਨੈਸ ਹੈਗਾ ਉਹ ਹੈਗਾ ਗੋਡ, ਅਨਰਾਈਟੀਅਸ ਜਿਹੜਾ ਹੈਗਾ ਉਹ ਸੇਟਨ ਹੈਗਾ, ਸ਼ੈਤਾਨ। ਤਾਂ ਸ਼ੈਤਾਨ ਦੇ ਪੁੱਤਰ ਬਣ ਜਾਈਦਾ। ਇਸ ਕਰਕੇ ਜਿਹੜਾ ਮਾਰਗ ਹੈਗਾ, ਸਿੱਖੀ ਖੰਡਿਓਂ ਤਿੱਖੀ ਵਾਲੋਂ ਨਿੱਕੀ, ਅਤੇ ਇਸ ਕਰਕੇ ਇਹਦੇ ਚੱਲਣਾ ਬੜਾ ਔਖਾ ਹੈਗਾ। ਜਦੋਂ ਵੀ ਕਿਸੇ ਦੇ ਇਨਸਾਫ ਕਰੋ, ਕਿਸੇ ਦੀ ਪੱਖ ਨਾ ਕਰੋ, ਉਹਦੇ ਨਾਲ ਬੇਇਨਸਾਫੀ ਹੋ ਜਾਂਦੀ ਹੈਗੀ। ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ। ਉਹ ਜਿਹੜਾ ਸਤ ਅਕਾਲ ਪੁਰਖ ਜਦੋਂ ਤੁਹਾਨੂੰ ਆਪਣੇ ਨਾਲ ਮਿਲਾ ਲੈਂਦਾ, ਜਿਹੜੇ 84 ਦਾ ਜਿਹੜਾ ਹੈਗਾ ਨਾ ਮਰਨਾ ਜਰਨਾ, ਉਹ ਸਭ ਮਿਟ ਜਾਂਦਾ ਹੈਗਾ। ਬਲਵੰਤ ਨਾਨਕ ਦਇਆ ਧਾਰੀ, ਸਤਿਗੁਰੂ ਨਾਨਕ ਜੀ ਕਹਿੰਦੇ ਵੀ ਦਇਆ ਕਰੋ, ਮੇਲ ਲੀਨੇ ਇੱਕ ਪਲੇ। ਅਤੇ ਉਹ ਆਪਣੇ ਜੇ ਦਇਆ ਕਰੇ ਅਕਾਲ ਪੁਰਖ ਤਾਂ ਆਪਣੇ ਨਾਲ ਇੱਕ ਨਿਮਕ ਵਿੱਚ, ਇੱਕ ਪਲ ਵਿੱਚ ਤੁਹਾਨੂੰ ਆਪਣੇ ਨਾਲ ਮਿਲਾ ਲੈਂਦਾ ਹੈਗਾ। ਭਾਵ ਕਿ ਤੁਸੀਂ ਜਿੰਨਾ ਚਿਰ ਉਹਦਾ ਪ੍ਰਚਾਰ ਨਹੀਂ ਕਰਦੇ, ਬਾਣੀ ਦਾ ਪ੍ਰਚਾਰ ਨਹੀਂ ਕਰਦੇ, ਨਾਮ ਜੇ ਤੁਹਾਡੇ ਦਿਲ ਵਿੱਚ ਹੈਗਾ ਤਾਂ ਇਹਦਾ ਫਿਰ ਪ੍ਰਚਾਰ ਕਰੋ ਨਾ। ਜੇ ਨਾਮ ਹੈ ਨਹੀਂ ਗਾ, ਖਜ਼ਾਨਾ ਹੀ ਹੈ ਨਹੀਂ ਗਾ, ਕਿਤਾਬਾਂ 'ਚ ਹੈਗਾ ਨਾਮ, ਕਹਿੰਦੇ ਵੀ ਉਹ ਫਲਾਣੇ ਪ੍ਰੋਫੈਸਰ ਨੇ ਟੀਕਾ ਕੀਤਾ ਜੀ, ਫਲਾਣੇ ਕੀਤਾ, ਉਹ ਆ ਕੇ ਤਾਂ ਤੁਸੀਂ ਉੱਥੇ ਪੜ੍ਹ ਕੇ ਤਾਂ ਬੋਲ ਦਿੰਦੇ ਹੈ, ਉਹ ਤਾਂ ਫਿਰ ਜਿੱਦਾਂ ਹੋਇਆ ਵੀ ਰਿਕਾਰਡ ਕਰ ਲਿਆ ਤਾਂ ਉਹਦੀ ਜਗ੍ਹਾ, ਨਾ ਰੇਡੀਓ ਸੁਣ ਲਿਆ ਜਾਂ ਹੋਰ ਕੁਝ ਸੁਣ ਲਿਆ, ਕੰਪਿਊਟਰ ਲਾ ਤਾ ਉੱਥੇ ਵੀ ਉਹ ਫਲਾਣਾ ਪ੍ਰੋਫੈਸਰ ਬੋਲ ਰਿਹਾ ਹੈਗਾ, ਅਤੇ ਉੱਥੇ ਤੁਸੀਂ ਕਹਿ ਦਿਓ ਵੀ ਮੈਂ ਕਰ ਰਿਹਾ ਹੈਗਾ। ਅਤੇ ਇੱਦਾਂ ਨਹੀਂ ਹੁੰਦਾ, ਗਿਆਨੀ ਉਹ ਜੋ ਆਪ ਵਿਚਾਰੇ, ਆਪ ਤਾਂ ਵਿਚਾਰਦੇ ਨਹੀਂ ਹੈਗੇ, ਉਹ ਦੂਏ ਦੇ ਗੇਟ ਕਹਿੰਦੇ ਵੀ ਫਲਾਣਾ ਪ੍ਰੋਫੈਸਰ ਆ ਕੇ ਹੈਗੇ ਜੀ, ਫਲਾਣਾ ਆ ਕੇ ਹੈਗੇ, ਉਹ ਨਹੀਂ ਗਿਆਨੀ ਹੈਗੇ। ਇਹ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਵਗੈਰਾ ਹੈਗੇ ਨੇ,
ਇਹਨਾਂ ਨੂੰ ਮਤਲਬ ਵਿਚਾਰ ਦੀ ਕੱਢ ਦੇਣਗੇ, ਲੇਕਿਨ ਇਹਨਾਂ ਨੂੰ ਗਿਆਨ ਹੈ ਨਹੀਂ ਗਾ। ਇਹ ਹਰ ਨੂੰ ਤਾਂ ਹਰੀ ਕਹੀ ਜਾਂਦੇ ਨੇ, ਹਰ ਇੱਕ ਓਮਕਾਰ ਹੈਗਾ, ਅਤੇ ਜਿਹੜਾ ਹਰੀ ਓਮ ਸ਼ਾਂਤੀ ਹੈਗਾ ਹਿੰਦੂਆਂ ਦਾ ਹੈਗਾ, ਉੱਥੋਂ ਬਣਿਆ ਹਰ ਇੱਕ ਓਮਕਾਰ। ਅਤੇ ਆਪਣਾ ਹਰ ਹੈਗਾ ਸਿੱਖਾਂ ਦਾ, ਹਰੀ ਹੈਗਾ ਹਿੰਦੂਆਂ ਦਾ, ਫੈਮਿਨਨ ਜੈਂਡਰ ਹੈ ਨਾ ਹਰੀ, ਅਤੇ ਹਰ ਹੈਗਾ ਮੈਸਕੁਲਨ ਜੈਂਡਰ, ਜਿੱਦਾਂ ਭਗਤ ਆਪਣੇ ਤੰਨਾ ਭਗਤ ਜੀ ਬੋਲਦੇ ਨਾ, ਜਿਵੇਂ ਉਹ ਮੈਸਕੁਲਨ ਜੈਂਡਰ ਵਿੱਚ ਉਹਨਾਂ ਨੇ ਸਾਰਾ ਬੁਲਾ ਦਿੱਤਾ ਨਾ, ਦੇਵਾ, ਦੇਵੀ ਨਹੀਂ ਦੇਵਾ। ਅਤੇ ਇਸ ਤਰ੍ਹਾਂ ਹੈਗਾ ਵੀ ਇਹ ਸਾਰਾ ਅਕਾਲ ਪੁਰਖ ਵਿੱਚ ਹੈਗਾ ਮੈਸਕੁਲਨ ਜੈਂਡਰ, ਮਾਸਟਰ ਆਫ ਐਵਰੀਥਿੰਗ। ਇਹ ਹੈਗੀ ਇਹਦੀ ਵਿਆਖਿਆ, ਅਤੇ ਖਤਮ ਹੋਇਆ ਇਹ ਸਲੋਕ ਜਾਂ ਵਾਕ।